ਜਿੰਨਾ ਕੁੜੀਆਂ ਤੇ ਇਲਜ਼ਾਮ ਲਗਾਏ ਗਏ ਸਨ ਮੋਦੀ ਸਰਕਾਰ ਦੇ ਵੱਲੋਂ ਦੇਸ਼ ਧਰੋਹ ਦੇ ਜਿਨ੍ਹਾਂ ਨੂੰ ਯੂਪੀਏ ਦੇ ਤਹਿਤ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਸੀ ਦੇਸ਼ ਧਰੋਹ ਦੇ ਇਲਜ਼ਾਮ ਲੱਗੇ ਸਨ ਤੇ ਇਹਨਾਂ ਦੇ ਨਾਲ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਆਸੇਫ ਜਿਸ ਨੂੰ ਗ੍ਰਿਫਤਾਰ ਕੀਤਾ ਸੀ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਕੋਈ ਦੇਸ਼ ਧਰੋਹੀ ਨਹੀਂ ਬਣ ਜਾਂਦਾ ਕਿਸੇ ਤੇ ਯੂਪੀਏ ਨਹੀਂ ਲੱਗਦਾ ਕੁੜੀਆਂ ਦੀ ਔਰਤਾਂ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੀ ਆ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਜਿੰਨਾ ਕੁੜੀਆਂ ਤੇ ਇਲਜ਼ਾਮ ਲਗਾਏ ਗਏ ਸਨ ਮੋਦੀ ਸਰਕਾਰ ਦੇ ਵੱਲੋਂ ਦੇਸ਼ ਧਰੋਹ ਦੇ ਜਿਨ੍ਹਾਂ ਨੂੰ ਯੂਪੀਏ ਦੇ ਤਹਿਤ ਜੇਲ੍ਹਾਂ ਦੇ ਵਿੱਚ ਸੁਟਿਆ ਗਿਆ ਸੀ ਜਿਨ੍ਹਾਂ ਨੂੰ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਕੁੜੀਆਂ ਨੂੰ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਰਹਾ ਕਰ ਦਿੱਤਾ ਗਿਆ ਉਹਨਾਂ ਕੁੜੀਆਂ ਨੂੰ ਜਿੰਨਾ ਕੁੜੀਆਂ ਤੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਗਿਆ ਸੀ ਇੱਥੇ ਦੱਸਣਾ ਚਾਹਾਂਗੇ ਕਿ ਪਿਛਲੇ ਸਾਲ ਸੀਏ ਨੂੰ ਲੈ ਕੇ ਪ੍ਰੋਟੈਸਟ ਹੋਏ ਸਨ ਪੂਰੇ ਦੇਸ਼ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪ੍ਰੋਟੈਸਟ ਚੱਲ ਰਹੇ ਸੰਤਿਉਨਾ ਪ੍ਰੋਟੈਸਟਾ ਦੇ ਦੌਰਾਨ ਪਿੰਜਰਾ ਤੋੜਦੀਆਂ ਦੋ ਵਿਦਿਆਰਥਣਾਂ ਪਿੰਜਰਾ ਤੋੜ ਮੂਵਮੈਂਟ ਦਾ ਜੋ ਹਿੱਸਾ ਨੇ ਨਤਾਸ਼ਾ ਨਰਵਾਲ ਤੇ ਦਿਵਿਆਨਾ ਕਾਲੀਤਾ ਨੂੰ ਇਹਨਾਂ ਦੋਨਾਂ ਕੁੜੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਸੀਏ ਦੇ ਵਿਰੋਧ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੇਸ਼த்ਰੋਹੀ ਦੇ ਇਲਜ਼ਾਮ ਲੱਗੇ ਸਨ ਤੇ ਇਹਨਾਂ ਦੇ ਨਾਲ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਆਸੀਫ ਜਿਸ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਨੂੰ ਹੁਣ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਹਾਈ ਕੋਰਟ ਨੇ ਕਿਹਾ ਹੈ ਕਿ ਵਿਰੋਧ ਪ੍ਰਦਰਸ਼ਨ ਕਰਨ ਨਾਲ ਕੋਈ ਵੀ ਦੇਸ਼த்ਰੋਹੀ ਨਹੀਂ ਹੋ ਜਾਂਦਾ ਹਾਈ ਕੋਰਟ ਦਾ ਕਹਿਣਾ ਹੈ ਕਿ ਜੇ ਤੁਹਾਨੂੰ ਕੁਝ ਗਲਤ ਲੱਗਦਾ ਹੈ ਉਹਦੇ ਖਿਲਾਫ ਤੁਸੀਂ ਪ੍ਰਦਰਸ਼ਨ ਕਰ ਸਕਦੇ ਹੋ ਪ੍ਰਦਰਸ਼ਨ ਕਰਨਾ ਤੁਹਾਡਾ ਰਾਈਟ ਹੈ ਤੁਹਾਡਾ ਹੱਕ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਕੋਈ ਦੇਸ਼ ਧਰੋਈ ਨਹੀਂ ਬਣ ਜਾਂਦਾ ਕਿਸੇ ਤੇ ਯੂਏਪੀਏ ਨਹੀਂ ਲੱਗਦਾ ਇਸੇ ਕਾਰਨ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਉਹਨਾਂ ਕੁੜੀਆਂ ਨੂੰ ਜਿਨ੍ਹਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕੀਤੇ ਗਏ ਸਨ ਉਹਨਾਂ ਨੂੰ ਜ਼ਮਾਨਤ ਦੇ ਗਈ ਦੇ ਦਿੱਤੀ ਗਈ ਹੈ ਦਿੱਲੀ ਦੀਆਂ ਵਿਦਿਆਰਥਣਾਂ ਨੇ ਜੋ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਆ ਤੇ ਨਾਲ ਪਿੰਜਰਾ ਤੋੜ ਮੂਵਮੈਂਟ ਦੀਆਂ ਦੋ ਵਿਦਿਆਰਥਣਾਂ ਪਿੰਜਰਾ ਤੋੜ ਮੂਵਮੈਂਟ ਜਿਹੜੀ ਕਿ ਦਿੱਲੀ ਦੇ ਨਵੇਂ ਪ੍ਰਾਣੀਆਂ ਵਿਦਿਆਰਥਣਾਂ ਨੇ ਜਿਹੜੀਆਂ ਉਹਨਾਂ ਦੀ ਇੱਕ ਮੂਵਮੈਂਟ ਆ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਆ ਜਿਹੜੀ ਹੋਸਟਲਾਂ ਦੀ ਜਾਂ ਪੀਜੀਆਂ ਦੇ ਵਿੱਚ 24 ਘੰਟੇ ਤਾਲਾਬੰਦੀ ਆ ਜਿਹੜੀ ਹੁੰਦੀ ਆ ਉਸ ਤਾਲਾਬੰਦੀ ਦੇ ਖਿਲਾਫ ਮੂਵਮੈਂਟ ਸ਼ੁਰੂ ਕੀਤੀ ਗਈ ਆ 24 ਘੰਟੇ ਗੇਟ ਖੋਲਣ ਨੂੰ ਲੈ ਕੇ ਤੇ ਜਿਹੜੀ ਇਹ ਮੂਵਮੈਂਟ ਆ ਇਹ ਕੁੜੀਆਂ ਦੀ ਔਰਤਾਂ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੀ ਆ ਇਹ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪ੍ਰੋਟੈਸਟ ਦੇ ਵਿੱਚ ਹਿੰਸਾ ਫਿਲਾਉਣ ਦੇ ਜ਼ੁਰਮ ਦੇ ਵਿੱਚ ਇਹਨਾਂ ਦੋ ਕੁੜੀਆਂ ਨੂੰ ਨਤਾਸ਼ਾ ਨਰਵਾਲ ਤੇ ਦੇਵਗਾਨਾ ਕਲਿਤਾ ਨੂੰ ਇੱਕ ਆਸਿਫ ਅਚੜਾ ਕਿ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਆ ਕੋਰਟ ਦਾ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਦੇ ਨਾਲ ਕੋਈ ਅਤਵਾਦੀ ਨਹੀਂ ਹੋ ਜਾਂਦਾ ਵਿਰੋਧ ਪ੍ਰਦਰਸ਼ਨ ਕਰਨਾ ਇਨਸਾਨ ਦਾ ਹੱਕ ਆ ਉਹ ਕਰ ਸਕਦਾ ਪ੍ਰਦਰਸ਼ਨ ਹੈ ਵੱਡੀ ਖਬਰ ਆ ਜਿਹੜੀ ਦਿੱਲੀ ਤੋਂ ਆ ਰਹੀ ਆ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜਿੱਥੇ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਪ੍ਰਦਰਸ਼ਨਾਂ ਦੇ ਵਿੱਚ ਹੋਈ ਜਿਹੜੀ ਹਿੰਸਾ ਸੀ ਉਸ ਹਿੰਸਾ ਦੇ ਵਿੱਚ ਜਿਹੜੇ ਵਿਦਿਆਰਥੀ ਫੜੇ ਗਏ ਸਨ ਪਿੰਜਰਾ ਤੋੜ ਮੂਵਮੈਂਟ ਦੀਆਂ ਦੋ ਵਿਦਿਆਰਥਣਾਂ ਦੋ ਕਾਰਕੁੰਨ ਤੇ ਇੱਕ ਜਾਮੀਆਂ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦਾ ਵਿਦਿਆਰਥੀ ਆਸੀਫ ਉਹਨਾਂ ਨੂੰ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ